ਸਤਿ ਸ਼੍ਰੀ ਅਕਾਲ ਜੀ, ਸਵਾਗਤ ਅੱਜ ਦੇ ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ। ਸੋਮਵਾਰ ਦਾ ਦਿਨ ਹੈ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅੱਜ ਦੇ ਦਿਨ ਸਾਡੇ ਨਾਲ ਰੋਹਿਤ ਜੀ ਹੁੰਦੇ ਨੇ ESS ਗਲੋਬਲ ਤੋਂ। ਗੱਲਬਾਤ ਦਾ ਵਿਸ਼ਾ ਸਾਡਾ ਨਹੀਂ, ਅੱਜ ਤੁਸੀਂ ਭੇਜੇ ਨੇ ਕੁਐਸਚਨਸ ਸਾਰੇ ਕਿ ਆਸਟ੍ਰੇਲੀਆ ਨੂੰ ਕਲੀਅਰ ਕੀਤਾ ਜਾਵੇ ਸਬਜੈਕਟ ਵਾਈਜ਼, ਮੈਡੀਕਲ, ਨੋਨ ਮੈਡੀਕਲ, ਕਮਰਸ, ਆਰਟਸ ਵਾਲੇ ਬੱਚੇ ਕਿਵੇਂ ਜਾ ਸਕਦੇ ਨੇ। ਪੈਕੇਜ ਦਾ ਰੌਲਾ ਫਿਰ ਆਸਟ੍ਰੇਲੀਆ ਦੇ ਵਿੱਚ ਸ਼ੁਰੂ ਹੋ ਗਿਆ, ਜਦੋਂ ਕਿ ਉਹਨਾਂ ਨੇ ਇਸ ਕਿਸਮ ਦੀਆਂ ਖਬਰਾਂ, ਨਿਊਜ਼, ਰਿਊਮਰਸ ਨੂੰ ਬਹੁਤ ਸਖਤੀ ਦੇ ਨਾਲ ਪਹਿਲਾਂ ਵੀ ਲਿਆ ਸੀ, ਤੁਹਾਡੇ ਯਾਦ ਹੋਣਾ। ਈਵਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਬਾਰੇ ਜਿਹੜੀ ਗੱਲ ਉੱਥੋਂ ਨਿਕਲੀ ਸੀਗੀ, ਸੋ ਇਹਨਾਂ ਕਾਰਨਾਂ ਕਰਕੇ ਕੋਈ ਦੇਸ਼ ਜਿਹੜਾ ਸਖਤ ਹੁੰਦਾ ਜਦੋਂ ਅਸੀਂ ਉਹਦੀ ਭੰਡੀ ਕਰਦੇ ਹੈਗੇ ਹਾਂ। ਸੋ ਗੱਲਬਾਤ ਜਿਹੜੀ ਹੈਗੀ ਆ ਆਸਟ੍ਰੇਲੀਆ ਦੇ ਸਕਸੈਸ ਰੇਟ ਨੂੰ ਲੈ ਕੇ ਜਾਂ ਵੀਜ਼ੇ ਨੂੰ ਲੈ ਕੇ ਹੋਏਗੀ, ਉਸ ਦੇ ਨਾਲ ਨਾਲ ਅਸੀਂ ਜਿਹੜਾ ਵਿਸ਼ਾ ਲਿਆ ਉਹ ਲਿਆ ਕੈਨੇਡਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਕਸੈਸ ਰੇਟ ਕਿਵੇਂ ਵਧਾਇਆ ਜਾ ਸਕਦਾ ਹੈਗਾ। ਮੇਰੇ ਨਾਲ ਰੋਹਿਤ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਥੈਂਕ ਯੂ ਵੈਰੀ ਮੱਚ ਜੀ। ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਅਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਰੋਹਿਤ ਜੀ, ਪਹਿਲਾਂ ਤਾਂ ਇਹ ਦੱਸੋ ਕਿ ਇਸ ਵਕਤ ਆਸਟ੍ਰੇਲੀਆ ਜਾਣ ਵਾਲਾ ਜਿਹੜਾ ਇੱਕ ਸਟੂਡੈਂਟਸ ਹੈਗਾ, ਉਹਦੇ ਮੁੱਢਲੇ ਸਟੈਪ ਕੀ ਨੇ, ਕਿੰਨਾ ਟਾਈਮ ਲੱਗੇਗਾ, ਕਿਵੇਂ ਉਹ ਆਪਣੀ ਜਿਹੜੀ ਤਿਆਰੀ ਹੈਗੀ ਹੈ ਵੀਜ਼ੇ ਦੀ ਕਰ ਸਕਦਾ? ਦੇਖੋ, ਆਸਟ੍ਰੇਲੀਆ ਦੇ ਵਿੱਚ ਜੁਲਾਈ ਇਨਟੇਕ ਤਾਂ ਆਲਮੋਸਟ ਖਤਮ ਹੋ ਗਿਆ। ਇਹ ਇਨਟੇਕ ਬਹੁਤ ਹੀ ਪਾਵਰਫੁਲ ਅਤੇ ਬਹੁਤ ਫਾਸਟ ਨਿਕਲਿਆ। ਵੀਜ਼ੇ ਜਿਹੜੇ ਹੈ 6-6 ਘੰਟਿਆਂ ਤੋਂ ਲੈ ਕੇ 2-2 ਦਿਨਾਂ ਦੇ ਵਿੱਚ ਸਾਰੇ ਅਪਰੂਵ ਹੋਏ ਨੇ। ਇਸ ਹਫ਼ਤੇ ਦਾ ਖਾਸ ਕਰ ਬਹੁਤ ਤੇਜ਼ੀ ਨਾਲ ਆਸਟ੍ਰੇਲੀਅਨ ਹਾਈ ਕਮਿਸ਼ਨ ਨੇ ਕੰਮ ਕੀਤਾ ਤਾਂ ਕਿ ਜਿਹੜਾ 23 ਜੁਲਾਈ ਦਾ ਇਨਟੇਕ ਜਿਹੜਾ ਮੇਨ ਹੁੰਦਾ ਉਹ ਕਿਸੇ ਬੱਚੇ ਦਾ ਮਿਸ ਨਾ ਹੋਵੇ। ਅਤੇ ਇਹ ਸਾਰੇ ਗੁੱਡ ਸਾਈਨਸ ਨੇ। ਬੇਸਿਕਲੀ ਪ੍ਰੋਫਾਈਲਾਂ ਜਿਹੜੀਆਂ ਜਾਂਦੀ ਪਈਆਂ ਆਸਟ੍ਰੇਲੀਆ, ਉਹ ਸ਼ੁਰੂ ਤੋਂ ਇੱਕ GT ਜਿਹੜੀ ਵਰਡ ਹੈਗੀ ਹੈ ਪਿਛਲੇ 3-4 ਸਾਲਾਂ ਚੱਲਦੀ ਪਈ ਹੈ, ਹਰ ਸਾਲ ਰਿਫਾਈਨਡ ਹੁੰਦੀ ਹੈ, ਹਰ ਸਾਲ ਫਾਸਟ ਪ੍ਰੋਸੈਸ ਹੁੰਦਾ, ਹਰ ਸਾਲ ਜ਼ਿਆਦਾ ਸਮਝ ਆਉਂਦੀ ਹੈ ਕਾਲਜਿਸ ਅਤੇ ਹਾਈ ਕਮਿਸ਼ਨ ਵੱਲੋਂ ਇੰਸਟਰਕਸ਼ਨ ਜਿਹੜੇ ਆਉਂਦੇ ਨੇ। ਤਾਂ ਉਹਦੇ ਕਰਕੇ ਜਿਹੜੇ ਆਹ ਜੁਲਾਈ ਇਨਟੇਕ ਬਹੁਤ ਫਾਸਟ ਨਿਕਲਿਆ ਅਤੇ ਹੁਣ ਅਗਲਾ ਇਨਟੇਕ ਅਕਤੂਬਰ ਦੀ ਤਿਆਰੀ ਹੈਗੀ ਹੈ। ਜਿਹੜੇ ਬੱਚੇ ਐਲੀਕੋਜ਼ ਲਈ ਜਾਣਾ ਚਾਹੁੰਦੇ ਨੇ ਜਾਂ ਮੇਨ ਕੋਰਸ ਜਿਨ੍ਹਾਂ ਦੇ ਕੁਛ ਕੋਰਸਿਸ ਸਪਟੈਂਬਰ ਵਿੱਚ ਅਵੇਲੇਬਲ ਨੇ, ਉਹਨਾਂ ਦੀ ਤਿਆਰੀ ਹੈਗੀ ਹੈ ਪੂਰੀ ਦੀ ਪੂਰੀ। ਟੋਟਲ ਪ੍ਰੋਸੈਸ 3 ਮਹੀਨੇ ਦਾ ਹੈਗਾ, ਤਾਂ ਬਿਲਕੁਲ ਸਹੀ ਸਮੇਂ ਹੈਗਾ ਆਪਣਾ ਆਸਟ੍ਰੇਲੀਆ ਦੀ ਐਜੂਕੇਸ਼ਨ ਨੂੰ ਪਲਾਨ ਕਰਨ ਦਾ। ਜੀ ਰੋਹਿਤ ਜੀ, ਹੁਣ ਗੱਲ ਜਿਹੜੀ ਹੈਗੀ ਹੈ ਸ਼ੁਰੂ ਕਰੀਏ ਪ੍ਰੋਸੈਸ ਤੋਂ ਬਾਅਦ। ਇੱਕ ਆਰਟਸ ਵਾਲੇ ਬੱਚੇ ਦੀਆਂ ਰਿਕੁਆਇਰਮੈਂਟਸ ਕੀ ਨੇ, ਕੀ ਬਾਕੀਆਂ ਨਾਲੋਂ ਵੱਧ ਪਰਸੈਂਟੇਜ ਚਾਹੀਦੀ ਹੈ, ਜਾਂ ਉਹਦੇ ਕੋਲ ਕੀ ਆਪਸ਼ਨਸ ਹੈਗੀਆਂ ਜਿਹੜੀਆਂ ਕੋਰਸਿਸ ਲੈਣ ਦੀ? ਦੇਖੋ, ਅੱਜ ਤੋਂ 1.5 ਸਾਲ ਪਹਿਲਾਂ ਅਗੇਨ ਆ ਚੀਜ਼ ਆ ਗਈ ਸੀ ਵੀ ਆਰਟਸ ਵਾਲਿਆਂ ਨੂੰ ਹਿਊਮੈਨਿਟੀਜ਼ ਗਰੁੱਪ ਨੂੰ ਵੀਜ਼ਾ ਨਹੀਂ ਦੇਣਗੇ ਅਤੇ ਨਾ ਹੀ ਕੁਛ ਯੂਨੀਵਰਸਿਟੀਆਂ ਉਹਨਾਂ ਨੂੰ ਐਡਮਿਸ਼ਨ ਦਿੰਦੀਆਂ ਸੀਗੀਆਂ। ਪਰ ਜਿਵੇਂ ਮੈਂ ਇਹ ਕਿਹਾ, GT ਹਰ 6-3 ਮਹੀਨੇ ਬਾਅਦ ਚੇਂਜ ਹੁੰਦੀ ਹੈ, ਜ਼ਿਆਦਾ ਸਮਝ ਆਉਂਦੀ ਹੈ ਉੱਥੋਂ ਦੇ ਇੰਸਟੀਚਿਊਟ ਨੂੰ, ਇੱਥੋਂ ਦੇ ਹਾਈ ਕਮਿਸ਼ਨ ਦੇ ਦੇਖਣ ਦੇ ਪਰਸਪੈਕਟਿਵ ਨੂੰ ਚੇਂਜ ਹੁੰਦਾ, ਕਿਉਂਕਿ ਆਰਟਸ ਇਟਸੈਲਫ ਇੱਕ ਗਰੁੱਪ ਹੈਗਾ ਆਪਣੇ ਹਿੰਦੁਸਤਾਨ ਦੇ ਵਿੱਚ, ਬੋਰਡ ਦੇ ਵਿੱਚ ਪੂਰਾ ਫੁੱਲ ਫਲੈਜਡ ਹਿਊਮੈਨਿਟੀਜ਼ ਗਰੁੱਪ ਬਣਿਆ ਅਤੇ ਬਹੁਤ ਚੰਗੇ ਤਾਦਾਦ ਦਾ ਬੱਚਾ ਇਹਨੂੰ ਕਰਦਾ, ਚਾਹੇ ਉਹ +2 ਲੈਵਲ 'ਤੇ ਹੈ, ਚਾਹੇ ਉਹ BA ਲੈਵਲ 'ਤੇ ਹੈਗਾ। ਹੁਣ ਇਸ ਗਰੁੱਪ ਨੂੰ ਜਦ ਆਪਾਂ ਦੇਖਦੇ ਹਾਂ ਤਾਂ ਅੱਜ ਤੋਂ 1.5 ਸਾਲ ਪਹਿਲਾਂ ਜਿੱਥੇ ਆਸਟ੍ਰੇਲੀਆ ਦੇ ਦਰਵਾਜ਼ੇ ਬੰਦ ਸੀਗੇ ਇਹਨਾਂ ਵਾਸਤੇ, ਕਿਉਂਕਿ ਅਕੈਡਮਿਕ ਸਬਜੈਕਟ ਨਹੀਂ ਹੁੰਦੇ, ਕੁਛ ਕੋਰਸਿਸ ਦੇ ਅਸੀਂ ਵੀਜ਼ੇ ਲਿੱਤੇ ਨੇ ਆਰਟਸ ਵਾਲਿਆਂ ਦੇ ਬੱਚਿਆਂ ਦੇ। ਅਗੇਨ ਸਾਰੇ ਕੋਰਸਿਸ ਆਪਸ਼ਨ ਅਵੇਲੇਬਲ ਨਹੀਂ। ਹੁਣ ਇੱਕ ਆਰਟਸ ਵਾਲਾ ਆ ਕੇ ਕਹਿੰਦਾ ਮੈਂ ਡਿਪਲੋਮਾ ਆਫ ਆਟੋਮੋਟਿਵ ਕਰਨਾ ਜਾਂ ਬੈਚਲਰ ਆਫ ਮਕੈਨੀਕਲ ਇੰਜੀਨੀਅਰਿੰਗ ਕਰਨਾ, ਉਹ ਤਾਂ ਪੋਸੀਬਲ ਨਹੀਂ ਹੋਏਗੀ। ਤਾਂ ਕੋਰਸ ਸਿਲੈਕਸ਼ਨ ਜਿਹੜੀ ਮੇਨ ਹੈ, ਪਿਛਲੇ 1.5 ਸਾਲ ਤੋਂ ਜਿਹੜੇ ਅਸੀਂ ਡਿਵੈਲਪ ਕੀਤਾ ਹੈਗਾ ਆਪਣਾ ਬੈਚਲਰ ਡਿਗਰੀ ਪ੍ਰੋਗਰਾਮ ਕੰਪਿਊਟਰਸ ਦੇ ਵਿੱਚ ਹੈਗਾ, ਉਹਦੇ ਵਾਸਤੇ ਵੀਜ਼ੇ ਬੜੇ ਸੋਹਣੇ ਨਿਕਲਦੇ ਪਏ ਨੇ। ਕੋਈ ਜ਼ਿਆਦਾ ਇੰਪੋਰਟੈਂਸ ਨਹੀਂ ਹੈਗੀ ਵੀ ਇਹਨੂੰ ਜ਼ਿਆਦਾ ਪਰਸੈਂਟੇਜ ਚਾਹੀਦਾ। 60% ਵਾਲਾ ਬੱਚਾ 2017 ਪਾਸ ਆਊਟ ਹੈ, 2018 ਪਾਸ ਆਊਟ ਹੈ, ਓਵਰਆਲ 60% ਵਾਲਾ ਬੱਚਾ ਅਤੇ ਓਵਰਆਲ 6 ਬੈਂਡ ਵਾਲਾ ਬੱਚਾ, ਆਰਟਸ ਹੋਵੇ, ਕਾਮਰਸ ਹੋਵੇ, ਜਿਹੜਾ ਮਰਜ਼ੀ ਬੈਕਗਰਾਊਂਡ ਹੋਵੇ, ਉਸ ਤੋਂ ਬਾਅਦ ਅਪਲਾਈ ਕਰ ਸਕਦਾ ਹੈਗਾ। ਕੋਈ ਪਾਬੰਦੀ ਨਹੀਂ ਹੈਗੀ ਆਰਟਸ 'ਤੇ ਜੀ। ਜੀ ਹੁਣ ਗੱਲ ਕਰਦੇ ਹਾਂ ਜੀ, ਮੈਡੀਕਲ ਦੀ ਪੜ੍ਹਾਈ ਨੂੰ ਕਿਹਾ ਜਾਂਦਾ ਕਿ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਹੈ ਜਾਂ ਉਹਦੇ ਲਈ ਬੈਂਡ ਦੀ ਰਿਕੁਆਇਰਮੈਂਟ ਵੀ ਜ਼ਿਆਦਾ ਹੈਗੀ ਹੈ। ਮੈਡੀਕਲ ANM, GNM, BSc ਨਰਸਿੰਗ ਲਈ ਕੀ ਕੀ ਰਿਕੁਆਇਰਮੈਂਟ ਹੈ, ਕਿੰਨੇ ਪਰਸੈਂਟੇਜ ਔਰ ਕਿੰਨੇ ਬੈਂਡ 'ਤੇ ਵੀਜ਼ਾ ਲੱਗੇਗਾ, ਔਰ ਫਰਦਰ ਜਿਹੜੀ ਸਟੱਡੀ ਉਹ ਕਿਵੇਂ ਦੀ ਹੋਏਗੀ ਆਸਟ੍ਰੇਲੀਆ ਦੇ ਵਿੱਚ? ਬਹੁਤ ਵਧੀਆ ਕੁਸ਼ਚਨ ਹੈ ਜੀ। ਇੱਥੇ ਮੈਂ ਇੱਕ ਕੇਸ ਸਟੱਡੀ ਵੀ ਸਾਂਝੀ ਕਰਾਂਗਾ ਇਹ ਜਵਾਬ ਦੇ ਕੇ ਇਹਦਾ। ਬੇਸਿਕਲੀ ANM, GNM, BSc ਨਰਸਿੰਗ ਤੋਂ ਬਾਅਦ ਬਹੁਤ ਸਾਰੇ ਕੋਰਸ ਆਪਸ਼ਨ ਨਿਕਲਦੇ ਨੇ ਜੀ। ਇੱਕ ਤਾਂ ਹੈਗਾ ਤੁਸੀਂ ਕੀ ਐਕਚੁਅਲੀ ਨਰਸ ਵਾਲੇ ਫੀਲਡ ਵਿੱਚ ਜਾਣਾ ਚਾਹੁੰਦੇ ਹੋ, ਉਹਦੀ ਰਿਕੁਆਇਰਮੈਂਟ 7 ਬੈਂਡ ਈਚ ਦੀ ਬਣ ਜਾਂਦੀ ਹੈ, ਕਿਉਂਕਿ ਤੁਸੀਂ ਉੱਥੋਂ ਦੇ ਲੋਕਲ ਦੇ ਨਾਲ ਕੰਮ ਕਰਨਾ, ਉੱਥੋਂ ਦੇ ਲੋਕਲ ਪੇਸ਼ੈਂਟ ਵੇਖਣੇ ਨੇ। ਤਾਂ ਇਹੋ ਜਿਹੇ ਕੋਰਸਿਸ ਨੂੰ ਐਲੀਕੋਜ਼ ਨਹੀਂ ਲੱਗਦਾ, ਉਹ ਸ਼ੁਰੂ ਤੋਂ ਐਕਸਪੈਕਟ ਕਰਦੇ ਨੇ ਵੀ ਬੱਚੇ ਦੀ ਇੰਗਲਿਸ਼ ਦੀ ਪਕੜ ਮਜ਼ਬੂਤ ਹੋਣੀ ਚਾਹੀਦੀ ਹੈ। ਐਬਸੋਲੂਟਲੀ, ਕਿਉਂਕਿ ਤੁਸੀਂ ਥੋੜ੍ਹਾ ਵਾਹ ਉੱਥੋਂ ਦੇ ਲੋਕਲ ਮਰੀਜ਼ਾਂ ਨਾਲ ਪੈਣਾ ਜਿਨ੍ਹਾਂ ਦੀ ਇੰਗਲਿਸ਼ ਤੁਹਾਡੇ ਨਾਲ ਬਹੁਤ ਜ਼ਿਆਦਾ ਅੱਛੀ ਹੈ। ਤਾਂ ਉਹਦੇ ਵਾਸਤੇ ਬੇਸਿਕਲੀ 7-7 ਬੈਂਡ ਦੀ ਇੱਕ ਬੇਸਿਕ ਰਿਕੁਆਇਰਮੈਂਟ ਰੱਖੀ ਹੋਈ ਹੈ ਜੇ ਨਰਸਿੰਗ ਹੀ ਕਰਨਾ। ਹਾਲਾਂਕਿ ਇਸ ਤੋਂ ਇਲਾਵਾ ਬਹੁਤ ਸਾਰੇ ਕੋਰਸਿਸ ਆਪਸ਼ਨ ਹੁੰਦੇ ਨੇ, ਹੈਲਥ ਐਡਮਿਨਿਸਟ੍ਰੇਸ਼ਨ, ਹੋਸਪਿਟਲ ਐਡਮਿਨਿਸਟ੍ਰੇਸ਼ਨ, MBA ਇਨ ਹੋਸਪਿਟਲ ਮੈਨੇਜਮੈਂਟ, ਐਂਡ ਉਸ ਤੋਂ ਬਾਅਦ ਤੁਹਾਡਾ BSc ਨਰਸਿੰਗ ਟੋਪ ਅਪ ਪ੍ਰੋਗਰਾਮ ਆ ਜਾਂਦੇ ਨੇ। ਕਈ ਕੋਰਸਿਸ ਇਹੋ ਜਿਹੇ ਨੇ ਜਿਹੜੇ ਕਿ ਘੱਟ ਬੈਂਡ ਨਾਲ ਰਿਕੁਆਇਰਡ ਹੁੰਦੇ ਨੇ। ਓਨਲੀ ਥਿੰਗ ਇਜ਼, ਜੇ ਤੁਸੀਂ BSc ਨਰਸਿੰਗ ਕੀਤੀ ਹੈ,
ਤੁਹਾਡਾ ਪਰਸੈਂਟੇਜ ਫਸਟ ਡਿਵੀਜ਼ਨ ਹੋਣਾ ਚਾਹੀਦਾ, ਜਿਹੜੇ ਕਿ ਸਪੈਸ਼ਲੀ ਆਪਣੀ ਨਰਸਿੰਗ ਸਕੂਲ ਪੰਜਾਬ ਵਾਲੇ ਪਾਸੇ ਨੇ, ਤਾਂ ਇਹਨਾਂ ਲਈ ਕੋਰਸ ਆਪਸ਼ਨ ਬਹੁਤ ਜ਼ਿਆਦਾ ਵੱਧ ਜਾਂਦੀ ਹੈ। 60% ਤੋਂ ਉੱਤੇ ਵਾਲਾ ਬੱਚਿਆਂ ਲਈ ਆਪਸ਼ਨ ਹੈਗੀ ਹੈ। 70% ਜਿਹੜੇ BSc ਨਰਸਿੰਗ 'ਚ ਹੈ ਉਹਨਾਂ ਕੋਲ ਬਹੁਤ ਜ਼ਿਆਦਾ ਆਪਸ਼ਨ ਹੈ। GNM ਤੁਹਾਡਾ ਡਿਵੀਜ਼ਨ ਫਸਟ ਡਿਵੀਜ਼ਨ ਹੈਗੀ ਹੈ, 4-5-6-7 ਸਾਲ ਦਾ ਗੈਪ ਹੈਗਾ, ਡਜ਼ ਨਾਟ ਮੈਟਰ, ਤੁਸੀਂ ਕਿਤੇ ਨਾ ਕਿਤੇ ਕੰਮ ਕਰਦੇ ਹੀ ਹੋਵੋਗੇ ਰਜਿਸਟ੍ਰੇਸ਼ਨ ਲੈਣ ਤੋਂ ਬਾਅਦ, ਉਹ ਆਪਣਾ ਦਿਖਾਓ ਅਤੇ ਐਡਮਿਸ਼ਨ ਲਈ ਜਾ ਸਕਦੇ ਹੈਗੇ ਹੋ। ਹੁਣ ਇੱਥੇ ਇੱਕ ਕੇਸ ਸਟੱਡੀ ਜਿਹੜੀ ਅਸੀਂ ਪਿਛਲੇ 1.5 ਹਫ਼ਤਿਆਂ ਵਿੱਚ ਵੇਖੀ ਹੈ, 2010 ਵਿੱਚ ਇੱਕ ਬੱਚਾ BSc ਨਰਸਿੰਗ ਕਰਕੇ ਆਇਆ ਅਤੇ ਉਹ ਆਸਟ੍ਰੇਲੀਆ ਦਾ ਵੀਜ਼ਾ ਡਿਪਲੋਮੇ ਲਈ ਲਾ ਬੈਠਾ ਕਮਿਊਨਿਟੀ ਹੈਲਥ ਕੇਅਰ ਵਾਸਤੇ, ਉਹ ਵੀਜ਼ਾ ਰਿਫਿਊਜ਼ ਹੋ ਗਿਆ। ਜਦੋਂ ਕਾਰਨ ਸਾਡੇ ਕੋਲ ਆਏ ਵੀ ਇਹ ਕਿਉਂ ਹੋਇਆ ਹੈਗਾ, ਜਿਵੇਂ ਇੱਕ ਬੱਚੇ ਦੀ ਇੱਕ ਹੈਬਿਟ ਹੈਗੀ ਹੈ, ਜਦ ਕਿ ਵੀਜ਼ਾ ਰਿਫਿਊਜ਼ ਹੁੰਦਾ 4 ਲੋਕਾਂ ਕੋਲ ਜਾਂਦਾ ਅਤੇ ਪਹਿਲਾਂ ਐਕਚੁਅਲੀ ਮੈਂ ਹੱਸਿਆ, ਕਿਉਂਕਿ BSc ਨਰਸਿੰਗ ਕਰਨ ਤੋਂ ਬਾਅਦ ਤੁਸੀਂ 8 ਸਾਲ ਕੰਮ ਕੀਤਾ ਅਤੇ ਤੁਸੀਂ ਆਪਣਾ 8-5-13 ਸਾਲ ਦੇ ਇੱਕ ਟਾਈਮ ਨੂੰ 12ਵੀਂ ਦੇ ਨਾਲ ਲਿਆ ਕੇ ਖੜਾ ਕਰਤਾ ਇੱਕਦਮ ਹੀ, ਤਾਂ ਹਾਈ ਕਮਿਸ਼ਨ ਨੇ ਵੀਜ਼ਾ ਦੇਣਾ ਕਿੱਥੋਂ ਸੀਗਾ। ਪ੍ਰੋਗਰੈਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ। ਮੇਰੀ ਇੱਕ ਛੋਟੀ ਜਿਹੀ ਰਿਕੁਐਸਟ ਹੈ, ਤੁਸੀਂ GNM ਕੀਤੀ ਹੈ, BSc ਨਰਸਿੰਗ ਕੀਤੀ ਹੈ, BDS ਹੈਗੇ ਹੋ, BAMS ਹੈਗੇ ਹੋ, ਕੋਈ ਵੀ ਮੈਡੀਕਲ ਬੈਕਗਰਾਊਂਡ ਤੋਂ ਹੈਗੇ ਹੋ, ਕਾਇੰਡਲੀ ਡਿਪਲੋਮੇ ਲਈ ਇਨਰੋਲਮੈਂਟ ਵਾਸਤੇ ਨਹੀਂ ਜਾਣਾ। ਵੀਜ਼ਾ ਚਾਂਸਿਸ ਬਹੁਤ ਜ਼ਿਆਦਾ ਬਲੀਕ ਨੇ, ਕਿਉਂਕਿ ਉਹ ਡਿਪਲੋਮਾ ਸੈਂਸ ਨਹੀਂ ਬਣਾਉਂਦਾ ਤੁਹਾਡੇ ਪ੍ਰੋਫਾਈਲ ਦੇ ਨਾਲ। ਅੱਛਾ, ਇੰਜੀਨੀਅਰਸ ਜਿਹੜਾ ਹੈਗਾ ਹਰ ਦੇਸ਼ ਦੇ ਵਿੱਚ ਡਿਮਾਂਡ ਦੇ ਵਿੱਚ ਹੈ। ਪਿੱਛੇ ਜੇ ਕਾਫੀ ਸਾਰੇ ਕੰਸਲਟੈਂਟਸ ਭਰਾ ਹੁਣ ਪ੍ਰਮੋਟ ਕਰ ਰਹੇ ਨੇ ਜਿਹੜਾ ਜਰਮਨ ਹੈ, ਕਿ ਜਰਮਨ ਦੀ ਬੜੀ ਡਿਮਾਂਡ ਹੈ। ਸੋ ਇੰਜੀਨੀਅਰ ਦਾ ਜਿਹੜਾ ਐਜੂਕੇਸ਼ਨ ਹੈਗੀ ਹੈ ਜਰਮਨ ਦੇ ਮੁਕਾਬਲੇ, ਜਾਂ ਟੈਕਨੋਲੋਜੀ ਵਾਈਜ਼ ਜਾਂ ਬਾਕੀ ਚੀਜ਼ਾਂ ਨੂੰ ਜੇ ਅਸੀਂ ਤਕਨੀਕੀ ਪੱਖ ਤੋਂ ਦੇਖ ਲਈਏ, ਤਾਂ ਆਸਟ੍ਰੇਲੀਆ 'ਚ ਕੀ ਫਿਊਚਰ ਹੈ ਇੱਕ ਜਿਹੜਾ ਬੀਟੈਕ ਬੱਚਾ? ਦੇਖੋ, ਮਕੈਨੀਕਲ ਇੰਜੀਨੀਅਰਿੰਗ, ਰੋਬੋਟਿਕਸ, ਇਹ ਤਾਂ ਡੈਫੀਨੇਟਲੀ ਆਸਟ੍ਰੇਲੀਆ 'ਚ ਫਿਊਚਰ ਹੈਗਾ, ਇੰਡਸਟਰੀਜ਼ ਹੈਗੀਆਂ ਬਕਾਇਦਾ ਉੱਥੇ। ਅਦਰਵਾਈਜ਼ ਜੇ ਆਪਾਂ ਸਿਵਲ ਦੀ ਗੱਲ ਕਰੀਏ ਜਾਂ ਹੋਰ, ਹੁਣ ਬੜੀ ਸਪੈਸ਼ਲਾਈਜ਼ ਫੀਲਡ ਆ ਗਈਆਂ, ਆਲਮੋਸਟ 30 ਤੋਂ ਜ਼ਿਆਦਾ ਤਰੀਕੇ ਦੇ ਇੰਜੀਨੀਅਰਿੰਗ ਅਵੇਲੇਬਲ ਆ, ਜਦ ਇੱਕ ਬੱਚਾ ਗੂਗਲ ਕਰਦਾ ਅੱਜ ਦੀ ਡੇਟ ਦੇ ਵਿੱਚ, ਤਾਂ ਯੈਸ, ਕੁਛ ਲਿਮਿਟੇਸ਼ਨ ਆ ਜਾਂਦੀਆਂ ਆਸਟ੍ਰੇਲੀਆ ਦੀ, ਕਿਉਂਕਿ ਉਸ ਤਰੀਕੇ ਨਾਲ ਪ੍ਰੋਪਰਲੀ ਇੰਡਸਟਰੀ ਸੈਟਅਪ ਨਹੀਂ ਉੱਥੇ ਹੈਗੀ ਉਹ ਇੰਜੀਨੀਅਰਿੰਗ ਦੀ। ਅਦਰਵਾਈਜ਼ ਆਪਾਂ ਬੇਸਿਕ ਫੀਲਡ ਆਫ ਇੰਜੀਨੀਅਰਿੰਗ ਦੀ ਗੱਲ ਕਰੀਏ, ਮਕੈਨੀਕਲ, ਸਿਵਲ, ਇਲੈਕਟ੍ਰੋਨਿਕਸ ਐਂਡ ਕੰਪਿਊਟਰ, ਉਹਦਾ ਡਿਮਾਂਡ ਬਿਲਕੁਲ ਹੈਗਾ। ਇਹ ਤੁਸੀਂ ਉਹਨਾਂ ਦੀ ਜਦ ਆਪਾਂ PR ਲਿਸਟ ਬੜਾ ਕਹਿੰਦੇ ਨੇ ਬੱਚੇ ਇਹਨੂੰ ਰੈਫਰ ਕਰਦੇ ਨੇ, ਉਸ 'ਚ ਵੀ ਦੇਖੋਗੇ ਇੰਜੀਨੀਅਰ ਉਸੇ ਤਰੀਕੇ ਨਾਲ ਸਟੈਂਡਿੰਗ ਟੋਲ ਪਿਛਲੇ 7-10 ਸਾਲਾਂ 'ਚ, ਅਤੇ ਹਜੇ ਵੀ ਉਹ ਰਹਿਣਗੇ ਰਹਿਣਗੇ, ਕਿਉਂਕਿ ਉਹ ਪੜ੍ਹੀ ਲਿਖੀ ਪ੍ਰੋਫਾਈਲ ਹੈ, ਹਰ ਦੇਸ਼ ਨੂੰ ਉਹਦੀ ਲੋੜ ਹੈਗੀ ਹੈ, ਕਿਉਂਕਿ ਆਉਣ ਵਾਲਾ ਸਮਾਂ ਸਾਰਾ ਇੰਜੀਨੀਅਰਸ ਦਾ, ਜਿਹੜਾ ਮੈਂ ਮੰਨ ਕੇ ਚੱਲਦਾ। ਬਿਲਕੁਲ ਗੱਲ ਠੀਕ ਤੁਹਾਡੀ ਹੈਗੀ ਜੀ। ਲਾਸਟ ਸਟ੍ਰੀਮ ਸਾਡੀ ਜਿਹੜੀ ਰਹਿ ਗਈ ਹੈ ਉਹ ਰਹਿ ਗਈ ਹੈ ਕਿ ਕਮਰਸ, ਕਮਰਸ ਦੀਆਂ ਆਪਸ਼ਨਾਂ ਕੀ ਨੇ, ਕਮਰਸ ਦਾ ਐਲੀਜੀਬਿਲਟੀ ਕ੍ਰਾਈਟੀਰੀਆ PRLE ਕੀ ਰਹੇਗਾ, LE ਲੱਗ ਕੇ ਜਾ ਪਾਏਗਾ ਬੱਚਾ, ਨਹੀਂ ਜਾ ਪਾਏਗਾ, 5.5-6 ਦੀ ਕੀ ਰਿਕੁਆਇਰਮੈਂਟ ਰਹੇਗੀ? LE ਦਾ ਇੱਥੇ ਇੱਕ ਛੋਟੀ ਜਿਹੀ ਚੀਜ਼ ਕਲੀਅਰ ਕਰਾਂਗਾ। ਕਈ ਵਾਰ ਬੱਚਾ ਕਹਿੰਦਾ ਜਾਂ ਕਈ ਵਾਰ ਕੁਛ ਬੱਚੇ ਨੂੰ ਇਨਫੋਰਮੇਸ਼ਨ ਮਿਲਦੀ ਹੈ ਵੀ ਤੁਹਾਡਾ ਕਾਲਜ ਜਾਂ ਹਾਈ ਕਮਿਸ਼ਨ 10 ਹਫ਼ਤੇ ਤੋਂ ਉੱਤੇ LE ਕੋਰਸ ਲੱਗਦਾ ਹੈ ਤਾਂ ਵੀਜ਼ਾ ਨਹੀਂ ਦਿੰਦਾ। ਓਕੇ, ਇਹੋ ਜਿਹਾ ਕਿਤੇ ਨਹੀਂ ਲਿਖਿਆ ਹੋਇਆ, ਕਿਉਂਕਿ ਕੁਛ ਕੋਰਸਿਸ ਦੀ ਡਿਮਾਂਡ ਹੀ ਤੁਹਾਡੀ IELTS 7 ਬੈਂਡ ਦੀ ਹੁੰਦੀ ਹੈ। ਤੁਸੀਂ 6 ਬੈਂਡ ਨਾਲ ਉਹ ਕੋਰਸ ਵਾਸਤੇ ਅਪਲਾਈ ਕਰਦੇ ਹੋ, ਤੁਹਾਨੂੰ 18-24 ਹਫ਼ਤੇ ਦਾ ਐਲੀਕੋਜ਼ ਆਉਂਦਾ। ਹੁਣ ਉੱਥੇ ਹਾਈ ਕਮਿਸ਼ਨ ਸਮਝਦਾ ਇਹ ਕੋਰਸ ਦੀ ਰਿਕੁਆਇਰਮੈਂਟ ਜ਼ਿਆਦਾ ਹੈਗੀ, ਤਾਂ ਇਹਨੂੰ ਐਲੀਕੋਜ਼ ਜ਼ਿਆਦਾ ਲੱਗਿਆ ਅਤੇ ਉਹਨੂੰ ਵੀਜ਼ਾ ਬਿਲਕੁਲ ਮਿਲਦਾ। 18-24 ਹਫ਼ਤੇ ਦਾ ਵੀਜ਼ਾ ਐਲੀਕੋਜ਼ ਦਾ ਅਸੀਂ ਆਪ ਦੇਖਿਆ ਹੋਇਆ ਮੇਨ ਕੋਰਸ ਦੇ ਨਾਲ। ਹਾਂ, ਸਾਡੀ ਇਹ ਰਾਏ ਜ਼ਰੂਰ ਹੁੰਦੀ ਹੈ ਵੀ ਤੁਸੀਂ 5-7 ਲੱਖ ਰੁਪਏ ਇੰਗਲਿਸ਼ ਵਾਸਤੇ ਕਿਉਂ ਖਰਚਣਾ ਜਦ 12,000 ਰੁਪਏ ਤੁਸੀਂ ਪੇਪਰ ਦੁਆਰਾ ਦੇ ਸਕਦੇ ਹੋ। ਇਹ ਰਾਏ ਸਾਡੀ ਜ਼ਰੂਰ ਹੁੰਦੀ ਹੈ, ਬਟ ਅਗੇਨ ਲੋਜੀਕਲੀ ਦੇਖਣਾ ਚਾਹੀਦਾ ਇਹ ਕੋਰਸ ਦੀ ਰਿਕੁਆਇਰਮੈਂਟ ਜੇ 7 ਬੈਂਡ ਦੀ ਹੈ ਅਤੇ ਮੇਰਾ ਕੋਲ 6 ਬੈਂਡ ਹੈ ਤਾਂ LE 20 ਹਫ਼ਤੇ ਤੋਂ ਲੱਗਿਆ, ਕੀ ਮੇਰਾ ਵੀਜ਼ਾ ਨੈਗੇਟਿਵ ਹੋ ਜਾਏਗਾ? ਆਨਸਰ ਇਜ਼ ਨੋ। ਹੁਣ ਇਹੀ ਇੱਕ 6 ਬੈਂਡ ਵਾਲੀ ਰਿਕੁਆਇਰਮੈਂਟ ਹੋਵੇ ਕੋਰਸ ਦੀ, ਉਹਦੇ 5 ਬੈਂਡ ਹੋਣ ਅਤੇ 5.5 ਹੋਣ ਅਤੇ ਉਹਨੂੰ 18-20 ਹਫ਼ਤੇ ਦਾ ਐਲੀਕੋਜ਼ ਲੱਗੇਗਾ, ਇਹਦਾ ਵੀਜ਼ਾ ਰਿਜੈਕਸ਼ਨ ਦੇ ਚਾਂਸ ਬਹੁਤ ਜ਼ਿਆਦਾ ਨੇ। ਆਪਾਂ ਇਹ ਚੀਜ਼ ਅੰਡਰਸਟੈਂਡ ਕਰਨੀ ਹੈ, ਅਸੀਂ ਇੰਗਲਿਸ਼ ਸਪੀਕਿੰਗ ਨੇਸ਼ਨ ਹੈਗੇ ਹਾਂ, ਇੱਥੇ ਇੰਗਲਿਸ਼ ਸਾਡੀ 2nd ਲੈਂਗੁਏਜ ਹੈ, ਅਤੇ ਹਾਈ ਕਮਿਸ਼ਨ ਇਹ ਪੈਰਾਮੀਟਰ ਜ਼ਰੂਰ ਲਾ ਕੇ ਚੱਲਦੀ ਹੈ ਅੱਜ ਦੀ ਡੇਟ ਦੇ ਵਿੱਚ, ਜਿਹੜਾ ਉਹਨਾਂ ਦਾ ਅੱਜ ਪਰਸਪੈਕਟਿਵ ਹੈਗਾ ਦੈਟ ਇੰਗਲਿਸ਼ 'ਤੇ ਇੰਨਾ ਪੈਸਾ ਕਿਉਂ ਖਰਚਿਆ ਜਾ ਰਿਹਾ ਜਦਕਿ ਫਾਊਂਡੇਸ਼ਨ ਇੰਗਲਿਸ਼ ਦੀ ਅੱਛੀ ਹੈ, IELTS ਦੁਆਰਾ ਰਿਪੀਟ ਕਿਉਂ ਨਹੀਂ ਕੀਤਾ ਜਾ ਰਿਹਾ, ਤਾਂ ਇਹ ਬੱਚਾ ਨੌਨ GTE ਬਣ ਜਾਂਦਾ, ਕਿਉਂਕਿ ਸਿਰਫ ਪਹੁੰਚਣ ਦਾ ਮੁੱਦਾ ਦਿਖਦਾ ਹਾਈ ਕਮਿਸ਼ਨ ਨੂੰ, ਅੱਗੇ ਪੜ੍ਹਾਈ ਦਿਖਦੀ ਨਹੀਂ ਹੈਗੀ ਜੀ। ਅੱਛਾ, ਅਸੀਂ ਸਾਰੀਆਂ ਚੀਜ਼ਾਂ ਨੂੰ ਇੱਕ ਪੜਚੋਲ ਜਦੋਂ ਕਰਦੇ ਹਾਂ ਤਾਂ ਸਕਸੈਸ ਰੇਟ ਲੈਣਾ, ਰਿਜੈਕਸ਼ਨ ਤੋਂ ਬਚਣਾ ਮੁੱਖ ਜਿਹੜੀ ਇੱਕ ਸਟੂਡੈਂਟਸ ਦੀ ਧਾਰਨਾ ਬਣੀ ਹੋਈ ਹੈ, ਧਾਰਨਾ ਨਹੀਂ ਸੱਚਾਈ ਵੀ ਹੈਗੀ ਕਿ ਸਕਸੈਸ ਰੇਟ ਕਿਵੇਂ ਜਿਹੜਾ ਇੱਕ ਲੈਣਾ ਹੈਗਾ ਸਟੂਡੈਂਟਸ ਨੇ। ਸੋ ਇਸ ਵਕਤ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? GTE ਦਾ ਚਲੋ ਬੱਚਾ ਫੋਲ ਕਰਦਾ ਹੀ ਕਰਦਾ, ਪਰਸੈਂਟੇਜ ਵਾਈਜ਼, ਬੈਂਡ ਵਾਈਜ਼, SOP ਆ ਗਈ ਹੈ, ਫੰਡ, ਬਹੁਤ ਸਾਰੀਆਂ ਛੋਟੀਆਂ ਛੋਟੀਆਂ ਟੈਕਨੀਕਲ ਚੀਜ਼ਾਂ ਨੇ, ਸਕਸੈਸ ਕਿਵੇਂ ਵਧਾਇਆ ਜਾਵੇ? ਦੇਖੋ, ਇਸ ਵਿੱਚ ਜਿਹੜਾ ਸਕਸੈਸ ਤਾਂ ਹੈਗਾ, ਅਗੇਨ ਮੇਰੀ ਟ੍ਰਾਂਸਲੇਸ਼ਨ ਇਸ ਪੂਰੀ ਚੀਜ਼ ਦੀ ਇਸ ਤਰ੍ਹਾਂ ਹੈਗੀ ਹੈ, ਲੋਕ 50% ਨੂੰ ਮਨਾ ਕਰਦੇ ਆ, ਗ੍ਰੈਜੂਏਸ਼ਨ 'ਚ 52% ਨੂੰ ਮਨਾ ਕਰਦੇ ਹਾਂ, ਅਸੀਂ ਉਹ ਕੇਸ ਹੱਸ ਕੇ ਕਰਦੇ ਹਾਂ ਅਤੇ ਸਕਸੈਸਫੁਲ ਡਿਲੀਵਰ ਵੀ ਕਰਦੇ ਹਾਂ। ਇਟ ਇਜ਼ ਅਗੇਨ ਤੁਹਾਡਾ ਕੰਸਲਟੈਂਟ ਕਿੰਨਾ ਐਫਰਟ ਦੇਣ ਨੂੰ ਤਿਆਰ ਹੈਗਾ ਤੁਹਾਡੀ ਪ੍ਰੋਫਾਈਲ ਉੱਤੇ,
ਕਿੰਨਾ ਕੁ ਧਿਆਨ ਦੇਣ ਨੂੰ ਤਿਆਰ ਹੈ ਤੇ ਕੀ ਕਿੰਨੀ ਨੌਲੇਜ ਉਹਦੇ ਕੋਲ ਹੈਗੀ ਹੈ ਤਾਂ ਕਿ ਉਸ ਨੌਲੇਜ ਨੂੰ ਕਨਵਰਟ ਕਰ ਸਕੇ ਸਕਸੈਸ ਦੇ ਵਿੱਚ। ਮੈਂ ਇਹ ਨਹੀਂ ਕਹਿੰਦਾ 100% ਸਕਸੈਸ ਮੇਨਟੇਨ ਹੁੰਦਾ, ਬਿਲਕੁਲ ਨਹੀਂ ਹੁੰਦਾ। ਪੋਜ਼ਿਟਿਵ ਤੇ ਨੈਗੇਟਿਵ ਸਿੱਕੇ ਦੇ ਹਮੇਸ਼ਾ ਦੋ ਪਹਿਲੂ ਰਹਿੰਦੇ, ਹੈਡ ਐਂਡ ਟੇਲ। ਆਪਣੇ ਰਿਜੈਕਸ਼ਨ ਵੀ ਆਉਂਦੇ ਨੇ, ਚੰਗੀ ਚੰਗੀ ਪ੍ਰੋਫਾਈਲਾਂ ਦੇ ਰਿਜੈਕਸ਼ਨ ਵੀ ਆਉਂਦੇ ਨੇ, ਪਰ ਉਸ ਦੇ ਵਿੱਚ ਇਹ ਹੈ ਨਿਰਾਸ਼ ਨਹੀਂ ਹੋਣਾ। ਆਪਣੀ ਪ੍ਰੋਫਾਈਲ ਨੂੰ ਦੁਬਾਰਾ ਅਸੈਸ ਕਰਾਓ, ਦੇਖੋ ਕਿਹੜੀ ਯੂਨੀਵਰਸਿਟੀ ਵਾਸਤੇ ਦੁਬਾਰਾ ਫਿੱਟ ਹੁੰਦੀ ਹੈ ਐਂਡ ਦੁਬਾਰਾ ਕੇਸ ਲਾ ਸਕਦੇ ਹੈਗੇ ਹੋ। ਅਗੇਨ, ਹਰੇਕ ਪ੍ਰੋਫਾਈਲ ਵੀਜ਼ਾ ਲੈਣ ਦੀ ਹੱਕਦਾਰ ਹੁੰਦੀ ਹੈ ਜੇਕੋ ਬੇਸਿਕ ਕ੍ਰਾਈਟੀਰੀਆ ਅਤੇ ਲੌਜਿਕ ਬਣਦਾ। ਜੇ ਦਰਸ਼ਕ ਸਾਡੇ ਫੇਸਬੁੱਕ ਪੇਜ 'ਤੇ ਜਾਣਗੇ, ਉੱਥੇ ਇੱਕ ਬੱਚੇ ਦਾ ਵੀਡੀਓ ਹੈਗਾ, 52% ਨੰਬਰ ਹੈ, 51% ਨੰਬਰ ਆ ਉਹਦੇ ਗ੍ਰੈਜੂਏਸ਼ਨ ਦੇ ਵਿੱਚ 2012 ਦੇ ਵਿੱਚ। ਸਾਰੇ ਕੰਸਲਟੈਂਟ ਨੇ ਨਾ ਕਰਤਾ, ਉਸ ਤੋਂ ਬਾਅਦ ਚੰਗਾ ਭਲਾ ਐਕਸਪੀਰੀਅੰਸ ਹੈ, ਕੰਮ ਕਰਦਾ ਪਿਆ, ਆਪਣਾ ਪ੍ਰੋਪਰ ਡਾਕੂਮੈਂਟੇਸ਼ਨ ਹੈ। ਅਤੇ ਹਰੇਕ ਕੰਸਲਟੈਂਟ ਨਾ ਕਰਤਾ ਜੇ ਸਾਡੇ ਕੋਲ ਆਇਆ, ਉਹਦਾ ਵੀਜ਼ਾ ਅਰਾਊਂਡ 2.5 ਤੋਂ 3 ਮਹੀਨਿਆਂ ਵਿੱਚ ਲੱਗਿਆ, ਇੰਕਲੂਡਿੰਗ ਯੂਨੀਵਰਸਿਟੀ ਫੀਸਿਸ, ਆਪਣਾ ਸਾਰਾ ਮਿਲਾ ਕੇ। ਹਾਂ, ਉਹਦਾ ਕਸਟਮਾਈਜ਼ ਅਸੀਂ ਕਿਵੇਂ ਕੀਤਾ, ਕੇਸ ਨੂੰ ਸਮਝਿਆ, ਚੰਗੀ ਤਰ੍ਹਾਂ ਸਮਝਿਆ, ਕਾਉਂਸਲਿੰਗ ਸੈਸ਼ਨ ਲਾਏ ਅਤੇ ਸਵਾਲ ਪੁੱਛੇ। ਅਗੇਨ, ਸਾਡੇ ਕੋਲ ਆਈ ਥਿੰਕ ਉਹ ਚੀਜ਼ ਹੈਗੀ ਹੈ ਜਿਹੜੀ ਕਿ ਸਵਾਲ ਪੁੱਛਣਾ ਕਲਾਇੰਟ ਨੂੰ ਅਤੇ ਉਹਦੇ ਜਵਾਬਾਂ ਤੋਂ ਹੀ ਅਸੀਂ ਕੇਸ ਤਿਆਰ ਕਰਨਾ ਤਾਂ ਕਿ ਉਹ ਵੀਜ਼ਾ ਸਕਸੈਸ ਲੈ ਕੇ ਆਵੇ। ਜੀ, ਹੁਣ ਕਿਹੜਾ ਇਨਟੇਕ ਹੈ ਜੀ ਇਸ ਸਟੇਜ ਦੇ ਵਿੱਚ? ਹੁਣ ਅਕਤੂਬਰ ਇਨਟੇਕ ਹੈਗਾ ਜੀ ਐਲੀਕੋਜ਼ ਦੇ ਨਾਲ ਹੈ, ਜਿਹੜਾ 10 ਹਫ਼ਤੇ ਦਾ ਐਲੀਕੋਜ਼ ਲੱਗਦਾ। ਫੈਬਰੇਰੀ ਇਨਟੇਕ ਆਪਣਾ ਮੇਨ ਕੋਰਸ ਦੇ ਨਾਲ ਹੈਗਾ, ਜਿਹੜਾ ਬੱਚਾ ਡਾਇਰੈਕਟ ਜਾਣਾ ਚਾਹੁੰਦਾ ਹੈਗਾ ਉਹ ਫੈਬ ਇਨਟੇਕ ਵਾਸਤੇ ਜਾਏਗਾ। ਅੱਛਾ ਰੋਹਿਤ ਜੀ, ਕੈਨੇਡਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਵੱਖ ਵੱਖ ਤਰ੍ਹਾਂ ਦੀਆਂ ਗੱਲਾਂ, ਰਿਊਮਰਸ, ਅਜੀਬ ਅਤੇ ਗਰੀਬ ਖ਼ਬਰਾਂ, ਕਿਉਂਕਿ ਜਦੋਂ ਮਾਹੌਲ ਖਰਾਬ ਹੋਇਆ ਉਹਨਾਂ ਦਿਨਾਂ ਦੇ ਵਿੱਚ ਹੀ ਕੁਦਰਤਨ ਕੀ ਹੋਇਆ ਕਿ ਐਸ ਡੀ ਐਸ ਦੇ ਰੂਲ ਚੇਂਜ ਹੋ ਗਏ, ਐਸ ਡੀ ਐਸ ਨਵਾਂ ਆ ਗਿਆ, ਲੋਕਾਂ ਨੂੰ ਡਰ ਬੈਠ ਗਿਆ। ਮੈਂ ਹਰ ਸ਼ੋਅ 'ਚ ਗੱਲ ਕਰ ਰਿਹਾ ਕਿ ਏਅਰਪੋਰਟ ਦੇ ਟੈਸਟ ਹੋਣਾ, ਕੋਈ ਏਅਰਪੋਰਟ 'ਤੇ ਟੈਸਟ ਦੀ ਗੱਲ ਨਹੀਂ ਕੀਤੀ, ਇਹ ਮੰਗ ਕੀਤੀ ਗਈ ਸੀ ਕੈਨੇਡੀਅਨ ਲੋਕਾਂ ਵੱਲੋਂ ਕਿ ਬਹੁਤ ਸਾਰੇ ਲੋਕ ਬੱਚੇ ਆ ਕੇ ਇੰਗਲਿਸ਼ ਨਹੀਂ ਬੋਲ ਸਕਦੇ, ਫੈਕਟਰੀਆਂ 'ਚ ਕੰਮ ਕਰਦੇ ਨੇ, ਉਹਨਾਂ ਨੂੰ ਚੈੱਕ ਕਿਵੇਂ ਕਰੀਏ, ਇਹ ਤੁਸੀਂ ਦੇਖੋ। ਇਹ ਪ੍ਰਪੋਜ਼ਲ ਸੀ, ਕੋਈ ਲਾਗੂ ਨਹੀਂ ਹਲੇ ਹੋਇਆ, ਹੈ ਨਾ। ਜਦੋਂ ਅਸੀਂ ਗੱਲ ਕਰਦੇ ਹਾਂ ਸਰਕਾਰੀ ਕਾਲਜਾਂ ਦੀ, ਪ੍ਰਾਈਵੇਟ ਕਾਲਜਾਂ ਦੀ, ਐਸ ਡੀ ਐਸ ਦੀ, ਵਰਕ ਪਰਮਿਟ ਦੀ, ਡੀ ਐਲ ਆਈ, ਤਾਂ ਅੱਜ ਵੀ ਬੱਚਾ ਕਨਫਿਊਜ਼ ਹੈ। ਬਹੁਤ ਬੱਚੇ ਐਸ ਡੀ ਐਸ ਦੇ ਵਿੱਚ ਜਾਣ ਦੇ ਚੱਕਰ 'ਚ ਆਪਣਾ ਸਾਲ, ਡੇਢ ਡੇਢ ਸਾਲ, ਦੋ ਦੋ ਸਾਲ ਖਰਾਬ ਕਰਨਗੇ। ਬਿਲਕੁਲ, ਕੀ ਤਰੀਕਾ ਹੈ ਜੇ ਤੁਹਾਨੂੰ ਐਸ ਡੀ ਐਸ 'ਚ ਦਾਖਲਾ ਨਹੀਂ ਮਿਲ ਰਿਹਾ, ਤੁਹਾਡੀ ਪ੍ਰੋਫਾਈਲ ਮੈਚ ਨਹੀਂ ਕਰ ਰਹੀ, ਕੀ ਪ੍ਰਾਈਵੇਟ ਚੂਜ਼ ਕਰਨਾ ਚਾਹੀਦਾ? ਦੇਖੋ, ਅਗੇਨ ਇਹਨੂੰ ਆਪਾਂ ਐਗਜ਼ਾਮਪਲ ਲੈ ਕੇ ਜਾਂਦੇ ਹਾਂ, ਆਸਟ੍ਰੇਲੀਆ 2008 Tier 4 UK, ਜਦ ਬਗੈਰ ਆਇਲਟਸ ਤੋਂ ਇੰਗਲਿਸ਼ ਤੋਂ ਉੱਥੇ ਵੀਜ਼ਾ ਲੱਗਦੇ ਸੀ, ਬੱਚਾ ਪ੍ਰਾਈਵੇਟ ਕਾਲਜ ਜਾਂਦਾ ਸੀ, ਸਰਕਾਰੀ ਦਾ ਧਿਆਨ ਵੀ ਨਹੀਂ ਹੁੰਦਾ ਸੀਗਾ, ਚਾਹੇ ਕਿ ਉਹ ਡਿਪਲੋਮਾ ਅਤੇ ਪ੍ਰਾਈਵੇਟ ਕਾਲਜ ਨੂੰ ਵਰਕ ਪਰਮਿਟ ਵੀ ਹਟਾ ਤੇ, ਤਾਂ ਵੀ ਬੱਚਾ UK ਪ੍ਰਾਈਵੇਟ ਕਾਲਜਾਂ ਜਾਂਦਾ ਸੀਗਾ ਉਸ ਟਾਈਮ 'ਤੇ। ਕੈਨੇਡਾ ਇਸ ਟਾਈਮ ਬੜਾ ਸਿੰਪਲ ਜਿਹਾ ਅਸੀਂ ਆਪਣਾ ਪ੍ਰਿੰਸੀਪਲ ਬਣਾਇਆ, ਇੱਕ ਚੀਜ਼ ਕਾਉਂਸਲ ਕਰਨ ਦਾ, 6 ਓਵਰਆਲ ਇਕੱਲੇ ਇਕੱਲੇ 6 ਹੈਗੇ ਹੈ, ਜਿਹੜੇ ਮਰਜ਼ੀ ਕਾਲਜ ਜਾਓ, 1 ਸਾਲ ਦੀ ਫੀਸ ਦਿਓ ਅਤੇ GIC ਭਰੋ ਅਤੇ ਜਿੱਥੇ ਮਰਜ਼ੀ ਜਾਓ, ਕਿਉਂਕਿ SGS ਦੇ ਵਿੱਚ ਤੁਹਾਡਾ ਕੋਰਸ ਸਹੀ ਹੋਵੇ, ਆਹ ਦੋ ਚੀਜ਼ਾਂ ਹੋਣ ਤਾਂ ਤੁਸੀਂ ਕਿਤੇ ਵੀ ਜਾ ਸਕਦੇ ਹੋ। ਹੁਣ ਜਨਵਰੀ ਇਨਟੇਕ ਦੀ ਲਿਮਿਟੇਸ਼ਨ ਆ ਗਈ ਹੈ, ਸਾਰੇ ਕੋਰਸਿਸ ਅਵੇਲੇਬਲ ਨਹੀਂ ਹੈਗੇ, ਜਾਂ ਇੱਕ ਬੱਚੇ ਦੇ 5.5 ਬੈਂਡ 'ਚ ਆ ਗਿਆ, ਉਹ ਕਹਿੰਦਾ ਦੁਬਾਰਾ ਟਰਾਈ ਕਰਾਂਗੇ ਦੂਜੇ ਕਾਲਜ ਜਾਵਾਂ। ਹੁਣ ਅਗੇਨ ਸਾਡਾ ਕੈਲਕੂਲੇਸ਼ਨ ਕੀ ਕਹਿੰਦਾ, ਪਹਿਲਾਂ 47 ਕਾਲਜ ਸੀ, ਹੁਣ 1400+ ਕਾਲਜ ਹੈ ਜੀ ਉੱਥੇ ਜਿੱਥੇ ਬੱਚਾ ਜਾ ਸਕਦਾ DLI ਵਾਲਾ, ਤਾਂ ਅਗੇਨ ਉੱਥੇ ਰੇਂਜ, ਜਿਹੜਾ ਸਰਕਾਰ ਦਾ ਪਰਸਪੈਕਟਿਵ ਹੈ ਉਹ ਵਾਧਾ ਪਿਆ ਹੈਗਾ। ਅੜੇ ਵਰਕ ਪਰਮਿਟ 2 ਸਾਲ ਬਾਅਦ ਦੀ ਗੱਲ ਹੋਣੀ ਹੈ, ਉਹ 2 ਸਾਲ 'ਚ ਕਿੰਨੀ ਵਾਰ ਰੂਲ ਚੇਂਜ ਹੋਣਾ, 1 ਵਾਰ 2 ਵਾਰ 3 ਵਾਰ, ਉਹ ਹੱਕ 'ਚ ਆਉਣਾ ਨਹੀਂ ਆਉਣਾ ਮੈਨੂੰ ਨਹੀਂ ਪਤਾ, ਬਟ ਅਗੇਨ ਇਸ ਟਾਈਮ ਜਿਹੜੀ ਚੀਜ਼ ਹੈ, ਬੱਚਾ ਡਾਇਵਰਟ ਹੋ ਰਿਹਾ ਪ੍ਰਾਈਵੇਟ ਕਾਲਜ ਨੂੰ, ਕਿਉਂਕਿ ਕੈਨੇਡਾ ਵਿੱਚ ਕੋਰਸ ਕਰਨਾ ਜ਼ਰੂਰੀ ਹੈ ਉਹਦੇ ਵਾਸਤੇ, ਜੇ ਅਗਲਾ ਪਲਾਨ ਵੀ ਕਰਨਾ, ਜੇ ਪ੍ਰੋਸੈਸ ਨੂੰ ਖਤਮ ਕਰਨਾ ਤਾਂ ਪ੍ਰੋਸੈਸ ਕਿਤੇ ਨਾ ਕਿਤੇ ਸ਼ੁਰੂ ਕਰਨਾ ਪੈਣਾ। ਸਿਰਫ ਵੇਟ ਨਹੀਂ ਕਰਨੀ ਕਦ ਰੂਲ ਮੇਰੇ ਫੇਵਰ 'ਚ ਆਏਗਾ, ਰੂਲ ਕਦੇ ਤੁਹਾਡੇ ਫੇਵਰ 'ਚ ਨਹੀਂ ਹੁੰਦੇ, ਅੰਡਰਸਟੈਂਡ ਕਰੋ, ਚਾਹੇ ਆਸਟ੍ਰੇਲੀਆ ਚਾਹੇ ਨਿਊਜ਼ੀਲੈਂਡ ਹੈ। ਤੁਸੀਂ ਅੱਜ ਕਿੰਨੀ ਵਾਰ ਬੱਚਾ ਇੱਥੋਂ ਇੱਕ ਬਣਾ ਕੇ ਜਾਂਦਾ, ਮੇਰਾ PR ਦਾ ਅਕਾਊਂਟਿੰਗ ਕਰਾਂਗਾ ਜੀ, PR ਹੋ ਜਾਏਗੀ, 2 ਸਾਲ ਬਾਅਦ ਰੂਲ ਬਦਲਤਾ, ਅਕਾਊਂਟਿੰਗ ਬਾਹਰ ਕੱਢਤਾ, ਤਾਂ ਫਿਰ ਕੀ ਕਰ ਸਕਦੇ, ਕੀ ਕੁਛ ਵੀ ਨਹੀਂ। ਮੇਰਾ ਖਿਆਲ 2007-08 'ਚ ਜਿੰਨਾ ਬੱਚਾ ਕੁੱਕਰੀ ਪਟੈਸਰੀ ਦੇ ਵਿੱਚ ਗਿਆ ਆਸਟ੍ਰੇਲੀਆ 'ਚ, ਬਿਲਕੁਲ ਉਹ ਦਿਨ ਯਾਦ ਕਰੋ, ਹਰੇਕ ਕਹਿੰਦਾ ਸੀ ਮੈਂ ਕੁੱਕਰੀ ਚੱਲਿਆ, ਮੈਂ ਕੁੱਕਰੀ ਚੱਲਿਆ, ਉਹ ਮੇਰੇ ਖਿਆਲ 11-12 'ਚ ਮੱਖੀ ਵਾਂਗੂ ਕੱਢ ਕੇ ਸਾਈਡ 'ਤੇ ਰੱਖਤੀ, ਅੱਜ ਇੰਨੀ ਕੁ ਨਫ਼ਰਤ ਹੋ ਗਈ ਕੁੱਕਰੀ ਨਾਲ, ਬੱਚਾ ਜਾਂਦਾ ਵੀ ਨਹੀਂ ਮੇਰੇ ਆਸਟ੍ਰੇਲੀਆ ਵੱਲ। ਤਾਂ 3 ਸਾਲ ਬਾਅਦ ਕੀ ਹੋਣਾ ਉਹ ਸੋਚ ਕੇ ਮੈਂ ਅੱਜ ਆਪਣਾ ਡਿਸੀਜਨ ਕਿਉਂ ਰੋਕਾਂ, ਕਿਉਂਕਿ ਮੈਨੂੰ ਨਹੀਂ ਪਤਾ 3 ਸਾਲ ਬਾਅਦ ਮੇਰੇ ਫੇਵਰ ਜਾਣਾ ਜਾਂ ਮੇਰੇ ਫੇਵਰ 'ਚ ਨਹੀਂ ਜਾਣਾ। ਐਟਲੀਸਟ ਸਟਾਰਟ ਕਰੋ ਆਪਣਾ ਪ੍ਰੋਸੈਸ, ਪ੍ਰਾਈਵੇਟ ਕਾਲਜ ਮਿਲਦਾ ਤੁਹਾਨੂੰ ਕੋਰਸ ਸਹੀ ਮਿਲਣਾ ਚਾਹੀਦਾ, ਅੰਡਰਸਟੈਂਡ, ਪੜ੍ਹ ਕੇ ਹੀ ਅੱਗੇ ਤੁਹਾਡੇ ਰਾਹ ਖੁੱਲ੍ਹਣੇ ਨੇ, ਬਗੈਰ ਪੜ੍ਹੇ ਰਾਹ ਨਹੀਂ ਖੁੱਲ੍ਹੇ ਜੀ। ਸੋ ਫਿਊਚਰ 'ਚ ਕੀ ਹੋਣਾ ਹੈ ਇਹਨੂੰ ਕੋਈ ਡਿਸਾਈਡ ਨਹੀਂ ਕਰ ਸਕਦਾ, ਕਦੋਂ ਕਿਸੇ ਦਾ ਤੂਫਾਨ ਆ ਕੇ ਨੁਕਸਾਨ ਹੋ ਜੇ, ਕਿਸੇ ਦਾ ਚੱਲਦੇ ਹੋਟਲ ਦੇ ਮੂਹਰੇ ਕੋਈ ਬ੍ਰਿਜ ਬਣ ਗਿਆ, ਪੁਲ ਬਣ ਗਿਆ, ਉਹਨੂੰ ਕੀ ਪਤਾ ਉਹਦੇ ਬਾਰੇ, ਬਿਲਕੁਲ ਠੀਕ ਹੈ ਨਾ। ਕੀ ਹੋਣਾ ਇਹਦੇ ਬਾਰੇ, ਅੱਜ ਦੀ ਪਾਲਿਸੀ ਕੀ ਕਹਿ ਰਹੀ ਹੈ, ਤੁਹਾਡਾ ਕੋਰਸ ਡਿਮਾਂਡ ਦੇ ਵਿੱਚ ਹੈਗਾ ਨਹੀਂ ਹੈਗਾ ਫਿਊਚਰ ਦੇ ਵਿੱਚ, ਤੁਸੀਂ ਇਸ ਚੀਜ਼ ਦੇ ਮਾਸਟਰ ਹੋ, ਤੁਹਾਨੂੰ ਉਸ ਚੀਜ਼ ਦੇ ਵਿੱਚ ਦਿਲ ਹੈਗਾ, ਸੰਜੀਦਗੀ ਦੇ ਨਾਲ ਉਹਨੂੰ ਕਰ ਸਕਦੇ ਹੋ, ਕਰੋ, ਨਹੀਂ ਜੋਬ ਮਿਲੂਗੀ ਪ੍ਰਾਈਵੇਟ ਕੰਮ ਕਰ ਸਕਦੇ ਹੋ। ਬਟ ਜਦੋਂ ਅਸੀਂ ਜਿਹੜੀ ਰੋਹਿਤ ਜੀ ਗੱਲ ਕਰ ਰਹੇ ਹਾਂ, ਇਹੀ ਚੀਜ਼ ਸੋਚ ਕੇ ਲਵਾਂਗੇ ਜੀ,
ਚਾਹ ਬਣਾਉਣ ਦੇ ਕੋਰਸ ਦੇ ਵਿੱਚ ਬਹੁਤ ਵਧੀਆ ਪੀ ਆਰ ਹੋ ਰਹੀ ਹੈ, ਮੈਂ ਇਹ ਕਰ ਲਾਂ, ਆਉਂਦੀ ਮੈਨੂੰ ਹੈ ਨਹੀਂ। ਉਹ 2 ਸਾਲ ਮੱਥਾਮਾਰੀ ਕੀਤੀ, ਕੋਰਸ ਬਾਹਰ ਨਿਕਲ ਗਿਆ, ਨਾ ਚਾਹ ਹੀ ਬਣਾਉਣੀ, ਨਾ ਚਾਹ ਦਾ ਖੋਖਾ ਲਾਸ ਕੇ, ਅਤੇ ਨਾ ਹੀ ਅਸੀਂ ਕਾਮਯਾਬ ਹੋਏ ਹੋਏ ਨਾ। ਬਿਲਕੁਲ ਇਸੇ ਤਰੀਕੇ ਨਾਲ 2007-2006 ਦਾ ਸਟੈਟ ਚੱਕ ਕੇ ਦੇਖੋਗੇ ਨਾ, ਕੈਨੇਡਾ ਸਟੂਡੈਂਟ ਵੀਜ਼ੇ ਦਾ ਪੰਜਾਬ ਤੋਂ ਟਾਵੇਂ ਟਾਵੇਂ ਵੀਜ਼ੇ ਲੱਗਦੇ ਸੀਗੇ ਕੈਨੇਡਾ ਦੇ ਸਟੂਡੈਂਟ ਵੀਜ਼ੇ ਦੇ, ਕਰੋੜ ਰੁਪਏ ਦੇ ਲਿਕੁਇਡ ਐਸੈਟ ਵਾਲਿਆਂ ਨੇ ਵੀ ਉਹ ਆਪਣਾ ਰਿਫਿਊਜ਼ ਕਰ ਦਿੰਦੇ ਸੀ, ਨੋਟ ਇਨਫ ਫੰਡ। ਤਾਂ ਇਸ ਟਾਈਮ ਜਿਹੜੀ ਕੈਨੇਡਾ ਦੀ ਪਾਲਿਸੀ ਹੈ ਉਹ ਸਟੂਡੈਂਟ ਦੇ ਫੇਵਰ ਦੇ ਵਿੱਚ ਹੈਗੀ ਹੈ, ਇਸ ਤੋਂ ਜ਼ਿਆਦਾ ਲੀਨੀਅੰਟ ਮੈਨੂੰ ਹੁੰਦੀ ਨਜ਼ਰ ਨਹੀਂ ਆ ਰਹੀ। ਉਹਨਾਂ ਨੇ ਇਹੀ ਕਿਹਾ ਥੱਬਾ ਥੱਬਾ ਫੰਡ ਮੰਗਦੇ ਸੀ ਜੀ, ਮੇਰੇ ਯਾਦ ਹੈ। ਬਿਲਕੁਲ ਬਿਲਕੁਲ, ਤਾਂ ਉਹ 2007-2006 ਯਾਦ ਕਰੋ, ਅਤੇ 2018 ਅੱਜ ਦੀ ਸਿਚੁਏਸ਼ਨ ਸਭ ਤੋਂ ਬੈਸਟ ਹੈਗੀ ਹੈ। ਅੱਜ ਤੱਕ ਇੰਨੀ ਕੰਫਰਟੇਬਲ ਅਤੇ ਈਜ਼ੀ ਕਦੇ ਨਹੀਂ ਹੋਇਆ ਕੈਨੇਡਾ ਜਾਣਾ ਜੋ ਅੱਜ ਹੋ ਰੱਖਿਆ ਹੈ। ਅੱਜ ਅਸੀਂ ਜਿਹੜੀਆਂ ਕੁਛ ਬਾਈਟਸ ਨੇ ਇਸ ਹਫ਼ਤੇ ਦੀਆਂ ਉਹ ਦਿਖਾਵਾਂਗੇ, ਉਸ ਤੋਂ ਬਾਅਦ ਅਸੀਂ ਇਨਟੇਕਸ ਦੀ ਗੱਲ ਕਰਾਂਗੇ। ਜੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਜਾਣਾ ਤਾਂ ਉਹਦਾ ਕੀ ਪ੍ਰੋਸੀਜਰ ਰਹੇਗਾ, ਰਿਆਇਤਾਂ ਜ਼ਿਆਦਾ ਮਿਲਣਗੀਆਂ ਸਰਕਾਰੀਆਂ ਨਾਲੋਂ ਜਾਂ ਟਾਈਟ ਹੋਏਗਾ, ਜਾਂ ਕਿਵੇਂ ਸਕਸੈਸ ਹੋਣਾ ਪ੍ਰਾਈਵੇਟ ਦੇ ਵਿੱਚ, ਇਹਦੇ ਬਾਰੇ ਗੱਲ ਕਰਾਂਗੇ। ਅਤੇ ਨਾਲੋਂ ਨਾਲ ਜਿਹੜੇ ਹੈਗੇ ਅਸੀਂ ਤੁਹਾਨੂੰ ਵੀਡੀਓਜ਼ ਦਿਖਾ ਰਹੇ ਹਾਂ। ਤੁਸੀਂ ਸਾਡਾ ਪ੍ਰੋਗਰਾਮ ਜਿਹੜਾ ਹੈਗਾ ਯੂਟਿਊਬ 'ਤੇ ਦੇਖਣਾ ਚਾਹੁੰਦੇ ਤਾਂ ਸਾਡਾ ਯੂਟਿਊਬ ਚੈਨਲ ਹੈਗਾ ਜੀ ਦੇਸ਼ ਪ੍ਰਦੇਸ਼ ਲਾਈਵ, ਉਹਨੂੰ ਸਬਸਕ੍ਰਾਈਬ ਕਰ ਲਓ। ਉੱਥੇ ਜਾ ਕੇ ਜਦੋਂ ਵੀ ਅਸੀਂ ਅਪਲੋਡ ਕਰਾਂਗੇ, ਜੇ ਤੁਸੀਂ ਆਈਕੋਨ ਦਾ ਜਿਹੜਾ ਬੈਲ ਹੈਗਾ, ਬਟਨ ਹੈਗਾ, ਉਹ ਦੱਬਿਆ ਹੋਇਆ ਸਬਸਕ੍ਰਾਈਬ ਕਰਕੇ, ਤੁਹਾਨੂੰ ਇੱਕ ਮੈਸੇਜ ਨੋਟੀਫਿਕੇਸ਼ਨ ਆਜੂਗਾ ਕਿ ਅੱਜ ESS ਦਾ ਜਾਂ ਫਲਾਣੀ ਕੰਪਨੀ ਦਾ ਸ਼ੋਅ ਜਿਹੜਾ ਹੈਗਾ ਅਪਲੋਡ ਹੋਇਆ, ਉਹਦਾ ਇਹ ਟੋਪਿਕ ਹੈ, ਤੁਹਾਡਾ ਜੇ ਮਨਪਸੰਦ ਟੋਪਿਕ ਹੈ ਤੁਸੀਂ ਦੇਖ ਸਕਦੇ ਹੋ। ਹੁਣ ਕੁਛ ਬਾਈਟਸ, ਬਾਈਟਸ ਤੋਂ ਬਾਅਦ ਫਿਰ ਅੱਗੇ ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ। मेरा नाम आशिमा है एंड मैं माला से हूँ। आई गॉट 6.5 बैंड इन IELTS और मैं कनाडा जाना चाहती थी। सो मेरे कज़िन ने मेरे को सजेस्ट किया कि मैं कनाडा के लिए वीज़ा ESS ग्लोबल से लगवाऊँ, क्योंकि उसने भी वहीं से लगवाया था। एंड मैं यहाँ पे आई एंड आई विद हितेश सर जो मेरे काउंसलर थे। इट वॉज़ अ गुड एक्सपीरियंस विद हिम और मैंने उनसे अपनी वीज़ा की सारी फाइलिंग करवाई और मेरा आज वीज़ा आ गया एंड आई एम वेरी हैप्पी फॉर दैट। आगे अब कोई भी मुझसे पूछता है तो आई विल सजेस्ट कि ये इस ग्लोबल से जरूर लगा। My name is Jay Roop Singh and my father's name is Bhimi Singh. I'm from Gurdaspur and I passed out my class in 2017. And then ਮੈਂ ਆਪਣੀ ਫਾਈਲ ਪ੍ਰੋਸੈਸ ਕੀਤੀ ESS ਗਲੋਬਲ ਤੋਂ, ਅਤੇ ਫਾਈਨਲੀ ਉਹਨਾਂ ਨੇ ਮੈਨੂੰ ਬਹੁਤ ਵਧੀਆ ਡੀਲ ਕੀਤਾ ਅਤੇ ਫਾਈਨਲੀ ਮੇਰਾ ਵੀਜ਼ਾ ਮੇਰੇ ਕੋਲ ਰਿਹਾ। ਅਤੇ ਮੈਂ ਥੈਂਕਫੁਲ ਕਰਨਾ ਚਾਹੁੰਦਾ ਮਿਸਟਰ ਗੁਰਵਿੰਦਰ ਭੱਟੀ ਐਂਡ ਨਿਧੀ ਦੁਰਗਾਨ ਦਾ। ਸੋ ਥੈਂਕਫੁਲ ਫੋਰ ESS ਗਲੋਬਲ ਅਤੇ ਮੈਂ ਬਹੁਤ ਖੁਸ਼ ਹਾਂ ਕਿ ਮੇਰਾ ਵੀਜ਼ਾ ਲੈ। हेलो फ्रेंड्स, माय नेम इज़ मनिंदर कौर चहल, आई एम फ्रॉम डिस्ट्रिक्ट संगरूर। मैंने अपनी बैचलर इन नर्सिंग कंप्लीट की 2016। आफ्टर इट फिर मैंने अपनी IELTS की थी। IELTS के मेरे ओवरऑल 6 बैंड से। मैंने अलग अलग कंसल्टेंट को कंसल्ट किया बट कोई भी कंसल्टेंट मेरी फाइल लैन लिए तैयार नहीं सी। क्यों? क्योंकि एक तो मेरे जो बैचलर दे विचो परसेंट सी वो 60% तो घट सी और दूसरा मेरी जो बैंड स्कोर सी वो जिनी रिक्वायरमेंट सी ऑस्ट्रेलिया स्टूडेंट स्पाउस केस लई वो फुलफिल नहीं हो रही सी। फिर मैंने अपनी फ्रेंड्स नाल गल की, उन्होंने भी पहला इसे ESS ग्लोबल तो अप्लाई किया होया सीगा। फिर असी गुरिंदर सर नू मिले, गुरिंदर सर ने सानू यो सुजेस्ट किया कि असी तुहाडी फाइल प्रोफाइल थोड़ी अच्छी हैगी बट थोड़ी कॉम्प्लीकेटड है, बट असी गरंटी लैंदे हां कि तुहाडा वीज़ा 101% शोर्ट है कि आएगा। फिर उस तो बाद विच असी अंकिता मैम नू रोहित सर नू मिले और अराउंड 15 डेज दे विच साडा वीज़ा आ गया और नाउ वी आर हैप्पी। मैं तुहानू यू सुजैसट करूँगी कि अगर तुसी अपना वीज़ा अप्लाई करना चाहते हो स्पोर्ट्स केस लई तैन तां तुसी ESS ग्लोबल आके गुरिंदर सर नाल एंड मिस्टर रोहित सर नाल एक बार जरूर कंसल्ट करो। एंड आई अगेन थैंकफुल टू ESS ग्लोबल टीम। थैंक यू।
First of all, Sat Sri Akaal Saryan. My name is Manjeet Singh. I'm from Fatehgarh Sahib. And recently, I'm B.Tech graduate from Baba Banda Singh Bahadur Engineering College, Fatehgarh Sahib. After study, मैं ये रियलाइज किया भी हूँ मैंने कुछ अलग करना चाहिए तो मेरा एंबिशन सी है भी अब्रॉड स्टडी ले जाया जाए तो मैं ऑस्ट्रेलिया इस लिए सिलेक्ट की तो उस तो बाद मैं काफ़ी कंसल्टेंट को गया काफ़ी ने मैं मिसगाइड किया तो भी उधर रिगार्डिंग भी थोड़ा एलिजिबिलिटी नहीं बनती है कि मैं आयल्स किया होया आयल्स ओवरऑल 6 वैन ने जिदे रिगार्डिंग मैनू हम अब्रॉड स्टडी लई रिक्वायरमेंट तो 6.5 दी सी बट वो फुलफिल नहीं हो रही सी जिस भी एजेंट को कंसल्टेंट को जानते सी वो पहला ही कहता सी तुहाडी रिक्वायरमेंट नहीं फुलफिल हो रही भी थोड़ा बढ़ नहीं सकता हैगा तो इस दे रिगार्डिंग मैं काफ़ी टाइम एंड मनी वेस्ट की थी, जो मैनू फ्यूचर लई काफ़ी ड्रॉबैक्स होणगे मेरे लिए तो मैनू जो मैं सब कुछ देख के निराश होकर बैठा सी तो मेरे कुछ करीबी दोस्तों के रिलेटिव ने मैं सुजैसट किया कि तुहानू ईएस ग्लोबल जो गुरिंदर भट्टी सर ने उन्होंने मिलना चाहिए वो बहुत ही हंबल तो हैल्पफुल नेचर के परसन ने तो मैं इतने फिर अपने पेरेंट्स ना विजिट किया। मनजीत सिंह मेरा बेटा है इसका वीजा आ गया सानू बहुत खुशी हुई है असं हूँ सारा परिवार बहुत खुश है ई एस एस ग्लोबल वाले बहुत वधिया बंदे हैं जिन्होंने सानू गाइड करिया ते सानू वीजा लिया के दिता। फर्स्ट विजिट पर मैं अंकिता मैम मिलिया उन्होंने मैं प्रॉपर गाइडेंस दी एंड इन्होंने मैं वेरी कोऑपरेटिव सारा प्रोसीजर दसिया भी की हो सकता है किदां तुसी अपना कोर्स यूज कर सकते हो किदां तुसी वीजा प्राप्त कर सकते हो तो उस तो बाद मैनू हुण इन्होंने 100% श्योरिटी दित्ती सी वीजा आने की तो फिर मैं उस तो बाद इत्थे अपना प्रोसैस स्टार्ट किया इन्हां ने मैनू विश्वास दवाया होया सी भी तुसी वीजा जरूर आऊगा 101% तो फिर असी सारा कुछ रिस्पोंसिबिलिटी इन्हां ते छड्डी हुई सी इत्थे दे जो ब्रांच डायरैक्टर ने सर रोहित सर उन्होंने भी मैनू काफ़ी एनकरेज किया भी तुसी जरूर वीज़ा ले सकते हो एंड लकीली आई थैंक टू गॉड इन विद इन 13 days आई गॉट अ वीज़ा एंड इन लास्ट आई रियली थैंकफुल टू द होल टीम ऑफ ESS ग्लोबल एंड स्पेशली माई काउंसलर अंकिता मैम एंड रोहित सेठी सर थैंक यू। असं इन्हों भी बधाई देने आम बंदियां नूं भी असीं कहिंदे आ वी जे लाउणा है वीजा किसी ने तां इन्हां तों लवाया जावे बहुत वधिया बंदे सानूं तां बहुत ही वधिया गाइड करिया इन्हां ने ते असीं खुश हां थैंक यू। स्वागत जी एक बार फिर तुहाडा असीं गल कर रहे हैं कैनेडा दी आस्ट्रेलिया दी कैनेडा का जिहड़ा अगला टॉपिक है वो बड़ा इंपॉर्टेंट इस वक्त टॉपिक है वो टॉपिक है कि इस वक्त SDS का मेरे ख्याल जिहड़ा सैप्टेंबर इनटेक मुक चुका और सीटा नहीं है कुछ कॉलेजों के बचिया सीगियाँ हूँ बच्चों की पहुँच तक हैं या नहीं हैं एक वक्रा मैटर हैगा बट प्राइवेट कॉलेज अज भी मोस्ट वेलकम कर रहे हैं उन्होंने को मेरे ख्याल नवंबर का भी इनटेक होगा जी सैप्टेंबर दी सीटा पो जे तुम्हें लगता कि तुहाडा गैप बढ़ता जा रहा तो जनवरी या मई लिए वेट क्यों करो प्राइवेट कॉलेज वीजा लैके जाना चाहिए जाना चाहिए बिल्कुल जाना चाहिए जी। अच्छा रोहित जी जब जो बंदा चलिया जाता है एक साल पढ़ के प्राइवेट कॉलेज के बहुत सारी सपोर्ट मिलती है ਹੈ ਨਾ ਉਹ ਪੜ੍ਹ ਕੇ ਮੈਂ ਫੇਵਰ ਨਹੀਂ ਕਰ ਰਿਹਾ ਪ੍ਰਾਈਵੇਟ ਕਾਲਜਾਂ ਦੀ ਮੈਂ ਅੱਖੀ ਦੇਖੀ ਹੋਈ ਚੀਜ਼ ਹੈ ਇਹ ਹੁਣ ਪਤਾ ਨਹੀਂ ਕੀ ਟ੍ਰੈਂਡ ਚੱਲਿਆ ਕਿ ਸਰਕਾਰੀ ਕਾਲਜ ਦੇ ਵੀ ਜਾਣਾ ਹੈ ਜਦੋਂ ਅਸੀਂ ਪੰਜਾਬ ਪੜ੍ਹਦੇ ਹਾਂ ਤਾਂ ਅਸੀਂ ਕੀ ਲੱਭਦੇ ਹਾਂ ਪ੍ਰਾਈਵੇਟ ਕਾਲਜ ਐਜੂਕੇਸ਼ਨ ਮਿਲੂਗੀ ਜੀ ਸਭ ਕੁਝ ਮਿਲੂਗਾ ਜੀ ਕਿਉਂਕਿ ਸਪੋਰਟ ਕਰਦੇ ਹਾਂ ਕਿ ਸਾਡਾ ਬੱਚਾ ਪੜ੍ਹੇ ਸੋ ਵਰਕ ਪਰਮਿਟ ਇੱਕ ਵੱਖਰਾ ਇਸ਼ੂ ਹੈ ਨਾਲੇ ਵਰਕ ਪਰਮਿਟ ਦਾ ਸੰਬੰਧ ਤਾਂ ਦੂਸਰੇ ਸਾਲ ਦੇ ਨਾਲ ਹੈ ਪਹਿਲੇ ਸਾਲ ਦੇ ਨਾਲ ਕੋਈ ਸੰਬੰਧ ਨਹੀਂ ਹੈ ਬਿਲਕੁਲ ਵੀ ਨਹੀਂ ਹੈ 2 ਸਾਲ ਤੋਂ ਬਾਅਦ ਹੈ ਜਿਹੜਾ ਪੜ੍ਹਾਈ ਤੋਂ ਬਾਅਦ ਮਿਲਣਾ ਉਹ ਵਾਲਾ ਤੇ ਅਗੇ ਉੱਥੋਂ ਤੱਕ ਕਿੰਨੀ ਵਾਰ ਰੂਲ ਚੇਂਜ ਹੋ ਜਾਣਾ ਜਾਂ ਉੱਥੇ ਆ ਕੇ ਬੱਚਾ ਕੀ ਪ੍ਰੈਕਟੀਕਲੀ ਕਰਦਾ ਹੈ ਉਹ ਕਹਿੰਦੇ ਨੇ ਗਰਾਊਂਡ ਲੈਵਲ ਤੇ ਪਹੁੰਚ ਕੇ ਬੱਚਾ ਆਪਣੀ ਸਮਝ ਨਾਲ ਟੋਰੋਂਟੋ ਗਿਆ ਤੇ ਕਿਊਬੈਕ ਪੜ੍ਹਨ ਚਲੇ ਜਾਂਦਾ ਕਿਊਬੈਕ ਗਿਆ ਟੋਰੋਂਟੋ ਪੜ੍ਹਨ ਆ ਜਾਂਦਾ ਉਹ ਬਿਲਕੁਲ ਸੈਕਿੰਡ ਐਪੀਸੋਡ ਨੇ ਜਾਂ ਤੁਸੀਂ ਐਕਚੁਅਲੀ ਡਿਸੀਜਨ ਲੈਣਾ ਹੁਣ ਮੈਂ ਦੂਜੇ ਸਾਲ ਤੋਂ ਬਾਅਦ ਪੀ ਆਰ ਦੇ ਰਾਹ ਕਿਵੇਂ ਜਾਣਾ ਹੈਗਾ
ਪਰ ਅੱਜ ਜੋ ਚੀਜ਼ ਤੁਹਾਡੇ ਹੱਥ ਬੰਨ ਦਿੰਦੀ ਹੈ, ਡਿਸੀਜਨ ਨਹੀਂ ਲੈਣ ਦਿੰਦੀ ਹੈਗੀ, ਜਾਂ ਤੁਸੀਂ ਸਿਰਫ ਔਰ ਸਿਰਫ ਇੱਕ ਗਲਤ ਕੋਰਸ 'ਚ ਪੈ ਜਾਂਦੇ ਹੋ ਸਰਕਾਰੀ ਕਰਕੇ, ਜਿਹਦੇ ਕਰਕੇ ਵੀਜ਼ਾ ਨਹੀਂ ਲੱਗਦਾ ਪਹਿਲੀ ਸਟੇਜ 'ਤੇ, ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਵੇਖਣੀਆਂ ਜੀ। ਤੁਹਾਡਾ ਕਾਲਜ, ਤੁਹਾਡਾ ਵੀਜ਼ਾ ਕਾਲਜ ਦੇ ਸਿਰ 'ਤੇ ਨਹੀਂ ਲੱਗਦਾ, ਕੋਰਸ ਦੇ ਸਿਰ 'ਤੇ ਲੱਗਦਾ, ਤੁਹਾਡੀ ਪ੍ਰੋਫਾਈਲ ਦੇ ਸਿਰ 'ਤੇ ਲੱਗਦਾ। ਅਗੇਨ ਤੁਹਾਡੇ ਕੋਲ ਜਿਹੜੀ ਪ੍ਰੋਫਾਈਲ ਹੈਗੀ ਆ ਉਹ ਬੇਸਿਕ ਕ੍ਰਾਈਟੀਰੀਆ ਪੂਰਾ ਕਰਦੀ ਹੈਗੀ ਹੈ, ਆਈਲੈਟਸ ਬੈਂਡ ਹੈਗੇ ਨੇ, ਅਤੇ ਕੋਰਸ ਜਿਹੜਾ ਹੈ ਉਹਦਾ ਫਿਊਚਰ ਨਜ਼ਰ ਆਉਂਦਾ ਹੈ ਕੈਨੇਡੀਅਨ ਗਵਰਨਮੈਂਟ ਨੂੰ ਲੋਕਲ ਉੱਥੇ ਰਹਿ ਕੇ ਜਾਂ ਤੁਹਾਡੇ ਆਪਣੇ ਦੇਸ਼ ਅਤੇ ਇੰਡੀਆ ਦੇ ਵਿੱਚ, ਤਾਂ ਵੀਜ਼ਾ 100% ਮਿਲਦਾ ਜੀ। ਜੀ ਰੋਜ਼ ਜੀ, ਬਹੁਤ ਮਿਹਰਬਾਨੀ ਤੁਹਾਡੀ, ਸਟੂਡੀਓ ਦੇ ਵਿੱਚ ਆਏ, ਆਸਟ੍ਰੇਲੀਆ ਬਾਰੇ, ਕੈਨੇਡਾ ਬਾਰੇ ਕਾਫੀ ਡਿਟੇਲ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ, ਸ਼ੁਕਰੀਆ। ਦਰਸ਼ਕਾਂ ਦਾ ਵੀ ਧੰਨਵਾਦ, ਤੁਸੀਂ ਸਾਡੇ ਯੂਟਿਊਬ ਚੈਨਲ 'ਤੇ ਜਾ ਕੇ ਸਾਡਾ ਇਹ ਪ੍ਰੋਗਰਾਮ ਫੋਨ 'ਤੇ ਵੀ ਦੇਖ ਸਕਦੇ ਹੋ, ਦੇਸ਼ ਪ੍ਰਦੇਸ਼ ਲਾਈਵ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਸ਼ੋਅ ਇੱਥੇ ਖਤਮ ਕਰ ਰਿਹਾ, ਆਪਣੇ ਦੋਸਤ ਰਣਵੀਰ ਸਿੰਘ ਨੂੰ ਅੱਗੇ ਦਿਓ, ਧੰਨਵਾਦ, ਸਤਿ ਸ਼੍ਰੀ ਅਕਾਲ।